ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਐਲਬਰਟ ਬੈਂਡੂਰਾ ਦਾ ਸਮਾਜਿਕ ਸਿੱਖਣ ਸਿਧਾਂਤ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੀ ਸਟਾਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਕੰਪਲੀਟ ਅੰਡਰਸਟੈਂਡਿੰਗ ਲਈ ਸੋਸ਼ਲ ਲਰਨਿੰਗ ਥਿਊਰੀ ਜਿਹੜੀ ਕਿ ਐਲਬਰਟ ਬੈਂਡੂਰਾ ਦੁਆਰਾ ਦਿੱਤੀ ਗਈ ਸੀ ਇਹਨੂੰ ਲਾਸਟ ਤੱਕ ਵੇਖਿਓ ਸ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ ਐਲਬਰਟ ਬੈਂਡੂਰਾ ਬਾਰੇ ਸਭ ਤੋਂ ਪਹਿਲਾਂ ਜਾਣ ਲੈਣੇ ਆ ਇਹਨਾਂ ਦਾ ਜਨਮ ਹੋਇਆ ਸੀਗਾ ਜੀ 1925 ਵਿੱਚ ਨੈਸ਼ਨੈਲਿਟੀ ਦੀ ਜੇਕਰ ਆਪਾਂ ਗੱਲ ਕਰੀਏ ਤੇ ਇਹ ਕੈਨੇਡੀਅਨ ਅਮਰੀਕਨ ਨੈਸ਼ਨੈਲਿਟੀ ਰੱਖਦੇ ਸੀਗੇ ਮਨੋਵਿਗਿਆਨੀ ਦੇ ਤੌਰ ਤੇ ਇਹਨਾਂ ਦਾ ਜਿਹੜਾ ਮੇਨ ਕੰਟਰੀਬਿਊਸ਼ਨ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਸੋਸ਼ਲ ਲਰਨਿੰਗ ਥਿਉਰੀ ਵਿੱਚ ਇਨਾਨੀ ਮੇਨ ਕੰਟਰੀਬਿਊਟ ਕੀਤਾ ਸਗਾ ਜੇਕਰ ਆਪਾਂ ਇਨਾਂ ਦੀ ਥਿਉਰੀ ਦੀ ਗੱਲ ਕਰਦੇ ਹਾਂ ਤੇ ਇਨਾਂ ਦੀ ਥਿਉਰੀ ਦੇ ਅਕੋਰਡਿੰਗ ਕੋਈ ਵੀ ਪਰਸਨ ਕੋਈ ਵੀ ਚਾਈਲਡ ਕੋਈ ਵੀ ਚੀਜ਼ ਸਿੱਖਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਚੀਜ਼ਾਂ ਨੂੰ ਅਬਜ਼ਰਵ ਕਰਦਾ ਹੈ ਅਬਜ਼ਰਵ ਕਰਨ ਤੋਂ ਬਾਅਦ ਇਮਿਟੇਟ ਕਰਦਾ ਹੈ ਭਾਵ ਨਕਲ ਕਰਦਾ ਹੈ ਪਹਿਲਾਂ ਉਹ ਲੋਕਾਂ ਨੂੰ ਅਬਜ਼ਰਵ ਕਰੇਗਾ ਉਸ ਤੋਂ ਬਾਅਦ ਉਹਨਾਂ सेम ਚੀਜ਼ਾਂ ਦੀ ਨਕਲ ਕਰਦਾ ਹੈ ਐਂਡ ਇਸ ਪ੍ਰੋਸੈਸ ਦੇ ਥਰੂ ਹੀ ਕੋਈ ਚੀਜ਼ ਨੂੰ ਜਾਂ ਕਿਸੇ ਕੰਮ ਨੂੰ ਕਿਸੇ ਬਿਹੇਵੀਅਰ ਨੂੰ ਉਹ ਸਿੱਖਦਾ ਹੈ ਬੜੇ ਹੀ ਸਿੰਪਲ ਫਾਈਟ ਵੇ ਨਾਲ ਆਪਾਂ ਇੱਕ ਟੇਬਲ ਦੇ ਥਰੂ ਵੀ ਇਹਨੂੰ ਸਮਝ ਲੈਣੇ ਆ ਸਭ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਹੈ ਅਬਜ਼ਰਵੇਸ਼ਨ ਦੀ ਪੰਜਾਬੀ ਵਿੱਚ ਨਿਰਖਣ ਕਹਿ ਦਿੰਦੇ ਹਾਂ ਕਿ ਇੱਕ ਜਿਹੜਾ ਬੱਚਾ ਹੈ ਮੰਨ ਲਓ ਕਿ ਉਹ ਕੀ ਕਰ ਰਿਹਾ ਕਿ ਉਸ ਬੱਚੇ ਨੇ ਵੇਖਿਆ ਅਬਜ਼ਰਵ ਕੀਤਾ ਕਿ ਉਹਦੇ ਜਿਹੜੇ ਪਾਪਾ ਨੇ ਉਹਦੇ ਜਿਹੜੇ ਫਾਦਰ ਨੇ ਉਹ ਕੀ ਕਰ ਰਹੇ ਨੇ ਇੱਕ ਕਾਰ ਜਿਹੜੀ ਹੈਗੀ ਹੈ ਉਹਨੂੰ ਠੀਕ ਕਰ ਰਹੇ ਨੇ ਹੋ ਸਕਦਾ ਕਾਰ ਵਿੱਚ ਕੋਈ ਖਰਾਬੀ ਆ ਗਈ ਹੋਵੇ ਸੋ ਜਦੋਂ ਉਸ ਬੱਚੇ ਨੇ ਆਪਦੇ ਪਾਪਾ ਨੂੰ ਵੇਖਿਆ ਕਿ ਮੇਰੇ ਪਾਪਾ ਇਸ ਕਾਰ ਨੂੰ ਠੀਕ ਕਰ ਰਹੇ ਆ ਸੋ ਅਬਜ਼ਰਵ ਕਰ ਰਿਹਾ ਹੋ ਦੂਸਰੇ ਸਟੈਪ ਵਿੱਚ ਕੀ ਹੋਇਆ ਇਮਿਟੇਸ਼ਨ ਕੀਤੀ ਗਈ ਨਕਲ ਕੀਤੀ ਗਈ ਕਿਹਦੇ ਦੁਆਰਾ ਉਸ ਬੱਚੇ ਦੁਆਰਾ ਉਹ ਜਿਹੜਾ ਬੱਚਾ ਸੀਗਾ ਉਹਨੇ ਕੀ ਕੀਤਾ ਉਹਨੇ ਇਮਿਟੇਟ ਕਰਨ ਦੀ ਕੋਸ਼ਿਸ਼ ਕੀਤੀ ਜੋ ਕੁਝ ਉਹਨੇ ਪਹਿਲਾਂ ਅਬਜ਼ਰਵ ਕੀਤਾ ਸੀ ਆਪਦੇ ਫਾਦਰ ਤੋਂ ਉਹਨੇ ਵੇਖਿਆ ਕਿ ਮੇਰੇ ਡੈਡੀ ਨੇ ਉਸ ਟਾਈਮ ਕਿਹੜੇ ਕਿਹੜੇ ਟੂਲ ਦੀ ਵਰਤੋਂ ਕੀਤੀ ਸੀਗੀ ਜਦੋਂ ਉਹ ਕਾਰ ਨੂੰ ਠੀਕ ਕਰ ਰਹੇ ਸੀ ਸੋ ਉਹਨੇ ਕੀ ਕੀਤਾ ਉਹ ਖੁਦ ਕਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੈਕੰਡ ਸਟੈਪ ਦੇ ਵਿੱਚ ਤੇ ਥਰਡ ਸਟੈਪ ਦੇ ਵਿੱਚ ਕੀ ਹੁੰਦਾ ਬਲ ਦੇਣਾ ਰਨਫੋਰਸਮੈਂਟ ਤੁਸੀਂ ਕਹਿ ਦਿੰਦੇ ਹੋ ਇਹਦਾ ਮਤਲਬ ਇਹ ਹੈ ਕਿ ਜਦੋਂ ਬੱਚੇ ਨੇ ਕਾਰ ਠੀਕ ਕਰ ਦਿੱਤੀ ਜਦੋਂ ਉਹਨੇ ਕਾਰ ਠੀਕ ਕੀਤੀ ਤੇ ਉਹਨੂੰ ਮੋਟੀਵੇਸ਼ਨ ਮਿਲੀ ਐਂ ਉਸ ਚਾਈਲਡ ਨੇ ਬੜਾ ਮਾਣ ਮਹਿਸੂਸ ਕੀਤਾ ਕਿ ਮੈਂ ਇਹ ਕਾਰ ਠੀਕ ਕਰ ਦਿੱਤੀ ਹੈ ਤੇ ਉਹ ਕੀ ਕਰੇਗਾ ਉਸ ਕੰਮ ਨੂੰ ਦੁਬਾਰਾ ਕਰੇਗਾ ਬਟ ਦੂਜੀ ਸਾਈਡ ਤੇ ਜੇਕਰ ਆਪਾਂ ਗੱਲ ਕਰੀਏ ਕਿ ਉਸ ਚਾਈਲਡ ਤੋਂ ਉਹ ਕਾਰ ਠੀਕ ਨਹੀਂ ਹੋਈ ਉਹਨੇ ਗਲਤੀਆਂ ਕੀਤੀਆਂ ਤੇ ਉਹ ਕੀ ਕਰੇਗਾ ਉਹ ਸੇਮ ਕੰਮ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਐਂ ਜਿਹੜਾ ਲਾਸਟ ਸਟੈਪ ਆ ਗਿਆ ਜੀ ਮਾਡਲਿੰਗ ਦਾ ਮਾਡਲਿੰਗ ਦੇ ਵਿੱਚ ਜਿਹੜਾ ਬੱਚਾ ਸੀ ਉਹਨੇ ਕਾਰ ਠੀਕ ਕਰਨੀ ਸਿੱਖ ਲਈ ਹੈ ਕਿ ਥਰੂ ਸੋਸ਼ਲ ਲਰਨਿੰਗ ਦੇ ਥਰੂ ਅਬਜ਼ਰਵ ਕੀਤਾ ਇਮਿਟੇਟ ਕੀਤਾ ਰਨਫੋਰਸਮੈਂਟ ਕੀਤੀ ਗਈ ਐਂਡ ਲਾਸਟ ਤੇ ਉਹਨੇ ਕਾਰ ਨੂੰ ਠੀਕ ਕਰਨਾ ਸਿੱਖ ਲਿਆ ਕੋਈ ਜ਼ਰੂਰੀ ਨਹੀਂ ਕਿ ਕਾਰ ਹੀ ਠੀਕ ਕੀਤੀ ਜਾਵੇ ਹੋਰ ਵੀ ਕਾਫੀ ਸਾਰੇ ਕੰਮ ਹੋ ਸਕਦੇ ਨੇ ਤੁਹਾਨੂੰ ਸਮਝਾਉਣ ਲਈ ਮੈਂ ਸਿਰਫ ਕਾਰ ਦੀ ਐਗਜ਼ੈਂਪਲ ਲਈ ਸੀ ਹੋਪਸੋ ਇਹ ਸ਼ਾਰਟ ਵੀਡੀਓ ਵਿੱਚ ਤੁਸੀਂ ਸਾਰਾ ਕਨਸੈਪਟ ਸਮਝ ਗਏ ਹੋਣੇ ਆ ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਦਾ ਬਟਨ ਹੈ ਜੀ ਉਹ ਜ਼ਰੂਰ ਪ੍ਰੈਸ ਕਰਿਓ ਐਂਡ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਗਾਜੀ ਉਹਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ థాంਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ